ਦੁਕਾਨ ਜੀ ਸਾਡੇ ਪਿੰਡ ਦੇ ਅੰਦਰ ਵੀ ਯੂਕੇ ਦੇ ਅੰਦਰ ਇੱਕ ਦੁਕਾਨ ਹੈ ਤੇ ਹੈ ਕੱਪੜਿਆਂ ਦੀ ਤੇ ਹੈ ਬੜੀ ਜ਼ਬਰਦਸਤ ਵਿਖਾਉਂਦੇ ਆ ਤੁਹਾਨੂੰ ਜੀ ਇਹਨਾਂ ਕੋਲ ਕਿਹੜੇ ਕੱਪੜੇ ਨੇ ਸ਼ਹਿਰ ਜਾਣ ਦੀ ਕੀ ਲੋੜ ਹੈ ਜੇ ਪਿੰਡ 'ਚ ਸਾਰੇ ਕੱਪੜੇ ਸਸਤੇ ਤੇ ਮਿਆਰੀ ਮਿਲ ਜਾਣ ਚਲੋ ਭਾਈ ਉਹਨਾਂ ਦੇ ਨਾਲ ਲਾਉਂਦੇ ਆ ਗੱਪ ਸ਼ੱਪ ਤੇ ਤੁਹਾਨੂੰ ਦੁਕਾਨ ਦਾ ਵੀ ਵਿਊ ਕਰਾਉਂਦਾ ਮੈਂ ਬਾਹਰੋਂ ਦੁਕਾਨ ਹੈਗੀ ਜੀ ਕਿਹੜੇ ਰੋਡ 'ਤੇ ਉਹ ਭਾਈ ਹੋਰ ਖੁਦ ਹੀ ਦੱਸਣਗੇ ਚਲੋ ਅੰਦਰ ਚੱਲਦੇ ਹਾਂ ਤੁਹਾਨੂੰ ਵਿਖਾਉਂਦੇ ਹਾਂ ਪਹਿਲੇ ਬਾਹਰ ਦਾ ਵਿਊ ਤੇ ਫਿਰ ਅੰਦਰ ਦਾ ਠੀਕ ਹੈ ਇਹ ਰੋਡ ਹੈ ਜੀ ਜਿੱਥੇ ਭਾਈ ਹੋਰਾਂ ਦੀ ਕੋਨੇ 'ਤੇ ਦੁਕਾਨ ਹੈ ਇਸ ਸਾਈਡ 'ਤੇ ਗੱਡੀਆਂ ਆ ਰਹੀਆਂ ਨੇ ਤੇ ਇਸ ਸਾਈਡ 'ਤੇ ਵੀ ਹੈ ਨੇ ਤੇ ਅਸੀਂ ਇਹ ਬੰਦਾ ਜਾ ਰਿਹਾ ਪਤਾ ਨਹੀਂ ਕਿਹੜਾ ਗੱਡੀ 'ਚ ਤੇ ਬੰਦੇ ਮੈਨੂੰ ਹਾਰਨ ਮਾਰਿਆ ਤੇ ਇਸ ਰੋਡ 'ਤੇ ਅਸੀਂ ਆਏ ਹਾਂ ਤੇ ਦੁਕਾਨ ਇੱਥੇ ਭਾਈ ਹੋਰਾਂ ਦੀ ਇੱਥੇ ਵਿਖਾਉਂਦੇ ਹਾਂ ਤੁਹਾਨੂੰ ਅੰਦਰ ਜਾ ਇਹ ਭਾਈ ਹੋਰਾਂ ਦੀ ਦੁਕਾਨ ਹੈ ਜੀ ਇਹ ਕੋਨੇ 'ਤੇ ਦੁਕਾਨ ਹੈ ਇਸ ਸਾਈਡ 'ਤੇ ਵੇਖ ਲਓ ਸਾਡੇ ਸੈਲੀਫੈਕਸ ਦੇ ਅੰਦਰ ਸੜਕ ਹੈ ਤੇ ਬਿਲਕੁਲ ਕੋਨੇ 'ਤੇ ਤੁਸੀਂ ਆਓ ਤੇ ਦੁਕਾਨ ਬਹੁਤ ਜ਼ਬਰਦਸਤ ਹੈ ਚੱਲੇ ਹਾਂ ਅੰਦਰ ਜੀ ਤੇ ਭਾਈ ਹੋਰ ਅੰਦਰ ਬੈਠੇ ਹੋਏ ਨੇ ਤੇ ਲਾਵਾਂਗੇ ਇਹਨਾਂ ਨਾਲ ਗੱਪ ਸ਼ੱਪ ਤੇ ਵਿਖਾਵਾਂਗੇ ਜੀ ਮਾਸ਼ਾਅੱਲਾ ਛੋਟੀ ਜੀ ਦੁਕਾਨ ਹੈ ਤੇ ਭਾਈ ਹੋਰ ਕਿਸੇ ਕੋਨੇ 'ਚ ਲੁੱਕੇ ਬੈਠੇ ਨੇ ਵੇਖਦੇ ਹਾਂ ਕਿਹੜੀ ਸਾਈਡ ਦੇ ਨੇ ਅਸਲਾਮ ਅਲੈਕਮ ਭਾਈ ਜਾਨ ਮਾਸ਼ਾਅੱਲਾ ਜੀ ਠੀਕ ਠਾਕ ਹਾਂ ਦੁਆ ਕਰ ਦਿਆ ਕਰੋ ਵਿਹਲੇ ਟਾਈਮ ਜਿਹੜਾ ਤੁਹਾਡੇ ਕੋਲ ਨਹੀਂ ਹੁੰਦਾ ਕਿਉਂਕਿ ਬੰਦਾ ਇੰਗਲੈਂਡ 'ਚ ਮਸਰੂਫ ਹੀ ਨਾ ਹੁੰਦਾ ਵਿਹਲਾ ਟਾਈਮ ਹੀ ਘੱਟ ਹੀ ਹੁੰਦਾ ਕਿਉਂ ਜੀ ਜ਼ਿੰਦਗੀ ਦੇ ਰੋਲੇ ਨੇ ਸਾਰੇ ਤੇ ਮਾਸ਼ਾਅੱਲਾ ਮੈਂ ਗੁਜ਼ਰ ਰਿਹਾ ਸੀ ਨਾ ਸੜਕ ਤੋਂ ਤੇ ਮੈਂ ਆਖਿਆ ਅਸੀਂ ਵਿਖਾਈਏ ਲੋਕਾਂ ਨੂੰ ਸਾਡੇ ਪਿੰਡ ਦੇ ਅੰਦਰ ਹੈਲੀਫੈਕਸ ਪਿੰਡ ਕਿਉਂਦੀ ਪਾਕਿਸਤਾਨ ਵਾਲਾ ਪਿੰਡ ਨਹੀਂ ਹੈਲੀਫੈਕਸ ਦਾ ਪਿੰਡ ਹੈ ਤੇ ਇਹ ਭਾਈ ਉਹਨਾਂ ਦੀ ਬਹੁਤ ਹੀ ਜ਼ਬਰਦਸਤ ਜੀ ਦੁਕਾਨ ਹੈ ਜੀ ਦੇਸੀ ਮਾਹੌਲ ਦੇ ਅੰਦਰ ਤੇ ਮੈਂ ਕਰਾਵਾਂਗਾ ਤੁਹਾਨੂੰ ਚੈੱਕ ਤੇ ਭਾਈ ਉਹਨਾਂ ਦੀ ਦੁਕਾਨ ਕਿਹੜੀ ਹੈ ਤੇ ਭਾਈ ਹੋਰ ਖੁਦ ਹੀ ਦੱਸਣਗੇ ਇੱਥੇ ਇੱਥੇ ਕਿਹੜੀਆਂ ਚੀਜ਼ਾਂ ਤੁਹਾਨੂੰ ਦੇਸੀ ਮਾਹੌਲ ਦੇ ਅੰਦਰ ਮਿਲ ਜਾਣਗੀਆਂ ਮਾਹੌਲ ਦੀ ਦੁਕਾਨ ਤੇ ਦੇਸੀ ਚੀਜ਼ਾਂ ਇਸ ਦੁਕਾਨ ਦੇ ਅੰਦਰ ਤੇ ਦੇਸੀ ਕੱਪੜੇ ਤੇ ਸਸਤੇ ਤੇ ਮਿਆਰੀ ਤੇ ਕੀ ਲੋੜ ਹੈ ਜੇ ਸਾਨੂੰ ਪਿੰਡ ਦੇ ਅੰਦਰ ਚੀਜ਼ਾਂ ਮਿਲ ਜਾਣ ਕਿਉਂ ਭਾਈ ਜੀ ਜੀ ਬਿਲਕੁਲ ਸਹੀ ਹੈ ਅਗਰ ਹੈਲੀਫੈਕਸ ਦੇ ਅੰਦਰ ਤੇ ਮਾਲ ਚੰਗਾ ਮਿਲ ਜਾਏ ਤੇ ਸਾਨੂੰ ਬ੍ਰੈਡਫੋਰਡ ਜਾਣ ਦੀ ਕੀ ਲੋੜ ਹੈ ਸਹੀ ਗੱਲ ਹੈ ਤਾਂ ਕੋਈ ਨਹੀਂ ਵੈਰਾਈਟੀ ਨਵੀਂ ਤੋਂ ਭਾਈ ਉਹਨਾਂ ਦੀ ਵੈਰਾਈਟੀ ਅਸੀਂ ਚੈੱਕ ਕਰਾਵਾਂਗੇ ਜੀ ਮੈਂ ਕੈਮਰੇ ਦਾ ਰੋਕ ਕਰਦਾ ਚੇਂਜ ਤੇ ਤਸੱਲੀ ਨਾਲ ਭਾਈ ਉਹਨਾਂ ਦੇ ਪ੍ਰਾਈਸਾਂ ਚੈੱਕ ਕਰੋ ਤੇ ਕੱਪੜੇ ਛਪੜੇ ਚੈੱਕ ਕਰੋ ਤੇ ਦੁਕਾਨ ਦਾ ਵੀ ਵਿਊ ਕਰਾਵਾਂਗੇ ਤੁਹਾਨੂੰ ਕਿਉਂ ਭਾਈ ਜੀ ਬਿਲਕੁਲ ਭਾਈ ਹੋਰ ਬੜੇ ਮਸ਼ਹੂਰ ਨੇ ਸਾਡੇ ਹੈਲੀਫੈਕਸ ਦੇ ਜੀ ਮੈਂ ਆ ਕੇ ਗੁਜ਼ਰ ਰਿਹਾ ਸੀ ਦੁਕਾਨ ਤੋਂ ਨਾ ਮੈਂ ਭਾਈ ਹੋਰ ਦੀ ਦੁਕਾਨ ਸ਼ਕਵਾਨ ਚੈੱਕ ਕਰੀਏ ਤੇ ਮਾਸ਼ਾਅੱਲਾ ਦੇਸੀ ਮਾਹੌਲ ਹੈ ਤੁਸੀਂ ਵੇਖ ਸਕਦੇ ਹੋ ਇਹ ਮੇਰਾ ਕੈਮਰਾ ਜਾਣ ਲੱਗਾ ਜੇ ਪਿੱਛੇ ਤੇ ਮੈਂ ਕੈਮਰੇ ਦਾ ਰੁਖ ਚੇਂਜ ਕਰਕੇ ਵਿਖਾਵਾਂਗਾ ਤੇ ਫਿਰ ਬੜਾ ਜ਼ਬਰਦਸਤ ਆਏਗਾ ਜੀ ਦਿਹਾਤੀ ਮਾਹੌਲ ਦੀ ਦੁਕਾਨ ਹੈ ਜੀ ਯੂਕੇ ਦੇ ਅੰਦਰ ਚਲੋ ਚੱਲਦੇ ਹਾਂ ਵਿਖਾਉਂਦੇ ਹਾਂ ਤੁਹਾਨੂੰ ਤੇ ਭਾਈ ਹੋਰ ਪ੍ਰੈਸ ਸ਼ਰਸਾ ਵੀ ਦੱਸਾਂਗੇ ਤੇ ਪਹਿਲੇ ਤੁਸੀਂ ਨਾਂ ਦੱਸੋ ਤੁਹਾਡਾ ਨਾਂ ਕੀ ਹੈ ਮਾੜਾ ਮੁਖਤਾਰ ਨਾਂ ਜੀ ਮੁਖਤਾਰ ਨਾਂ ਤੇ ਤੁਹਾਡੀ ਦੁਕਾਨ ਕਿਹੜੀ ਜਗ੍ਹਾ ਤੇ ਅਗਰ ਬੰਦਾ ਤੁਹਾਡੀ ਦੁਕਾਨ ਤੇ ਆਵੇ ਪ੍ਰਕਿਰਸ ਲੈਣ ਉੱਪਰ ਹੈ ਜੀ ਸਕੂਲ ਹੈ ਨਾਲ ਹੈ ਪ੍ਰਕਿਰਸ ਲੈਣ ਸਕੂਲ ਹੈ ਅੱਛਾ ਹੈਲੀਫੈਕਸ ਹੈ ਨਾਲ ਹੈ ਸ਼ਾਪ ਤੇ ਕਿਤਨਾ ਕਰਸਾ ਹੋਇਆ ਹੈ ਦੁਕਾਨ ਰੱਖੀ ਤੂੰ 13 ਸਾਲ ਹੋ ਗਏ ਨਾ 13 ਸਾਲ ਤੇ ਕਾਰੋਬਾਰ ਦੀ ਸੁਣਾਓ ਅਲਹਮਦੁਲਿਲਾ ਬਹੁਤ ਅੱਛਾ ਹੈ ਨਾ ਜ਼ਬਰਦਸਤ ਤੇ ਬੰਦੇ ਸ਼ੰਦੇ ਆਉਂਦੇ ਨੇ ਇੱਥੇ ਬਹੁਤ ਬੰਦੇ ਆ ਰਹੇ ਨੇ ਤੇ ਮੈਨੂੰ ਬੜੀ ਦੁਕਾਨ ਵੈਸੇ ਤੁਹਾਡੀ ਬੜੀ ਪਸੰਦ ਲੱਗੀ ਦੇਸੀ ਮਾਹੌਲ ਦੀ ਦੁਕਾਨ ਜਿਵੇਂ ਪਾਕਿਸਤਾਨ ਦੇ ਅੰਦਰ ਹੁੰਦੀ ਨਾ ਜਾ ਸਾਰਾ ਆਪਣੀ ਕੁਆਲਟੀ ਹੈ ਜੀ ਸਾਰੇ ਬੰਦੇ ਆਪਣੇ ਪਾਕਿਸਤਾਨੀ ਨੇ ਉਹ ਉਹ ਜੀ ਦੁਕਾਨ ਤੇ ਤੁਸੀਂ ਕੱਪੜੇ ਰੱਖੇ ਨੇ ਮੈਂ ਤੁਹਾਨੂੰ ਚੈੱਕ ਕਰਾਂਦਾ ਜੀ ਆਹ ਦੇਖੋ ਕੋਈ ਫੈਂਸੀ ਦੁਕਾਨ ਨਹੀਂ ਵੈਸੇ ਆਹ ਦੇਖੋ ਆਹ ਕੱਪੜੇ ਭਾਈ ਹੋਰਾਂ ਉੱਤੇ ਟੰਗੇ ਨੇ ਉਂਝ ਜਿਸ ਤਰ੍ਹਾਂ ਦੀਵਾਰਾਂ ਤੇ ਨੇ ਪਾਕਿਸਤਾਨ ਨਹੀਂ ਟੰਗੇ ਹੁੰਦੇ ਹੁਣ ਤੇ ਵੱਡੀਆਂ ਦੁਕਾਨਾਂ ਹੋ ਗਈਆਂ ਨੇ ਪਹਿਲੇ ਛੋਟੀਆਂ ਛੋਟੀਆਂ ਹੁੰਦੀਆਂ ਸੀ ਆਹ ਦੇਖੋ ਆਹ ਖਾਲੀ ਡਿਸਪਲੇ ਤੇ ਮਾਸ਼ਾਅੱਲਾ ਭਾਈ ਹੋਰਾਂ ਕੋ ਮਾਲ ਗੋਦਾਮ ਸ਼ਦਾਮ ਵੀ ਭਰੇ ਨੇ ਦੁਕਾਨ ਬੜੀ ਛੋਟੀ ਜੀ ਹੈ ਆਹ ਦੇਖੋ ਜ਼ਬਰਦਸਤ ਜੀ ਕਿਵੇਂ ਅਰੇਂਜ ਕਰਕੇ ਰੱਖੇ ਨੇ ਕੱਪੜੇ ਭਾਈ ਹੋਰਾਂ ਤੇ ਮੈਂ ਜ਼ਰਾ ਸਾਈਡ ਤੋਂ ਹੀ ਵਿਖਾਉਣਾ ਇਹ ਦੇਖੋ ਜੀ ਇਹ ਡਿਜ਼ਾਈਨ ਜ਼ਬਰਦਸਤ ਨੇ ਜੀ ਭਾਈ ਜੀ ਚੈੱਕ ਕਰੋ ਨਾ ਵੈਰਾਈਟੀ ਅੱਛਾ ਅੱਛਾ ਨਵੀਂ ਵੈਰਾਈਟੀ ਆਈ ਹੈ ਵੈਰਾਈਟੀ ਤਾਂ ਕੋਈ ਨਹੀਂ ਆਈ ਹੈ ਇਹ ਵੇਖੋ ਜੀ ਮੈਂ ਤੁਹਾਨੂੰ ਚੈੱਕ ਕਰਾਉਂਦਾ ਇਹ ਦੇਖੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਤੇ ਭਾਈ ਜੀ ਜ਼ਰਾ ਕੀਮਤ ਸ਼ੀਮਤ ਵੀ ਦੱਸੋ ਸਾਨੂੰ ਬਿਲਕੁਲ ਸਸਤੀਆਂ ਤੇ 20 ਪੌਂਡ ਨੇ 1200 15 ਪੌਂਡ ਲਾਏ ਨੇ ਸਸਤੇ ਮਾਲ ਸਸਤਾ ਮਾਲ ਇਹ ਦੇਖੋ ਜੀ ਮਾਲ ਇਨਾ ਸਸਤਾ ਜ਼ਬਰਦਸਤ ਜੀ ਜ਼ਬਰਦਸਤ ਹੈਲੀਫੈਕਸ ਦੇ ਅੰਦਰ ਤੇ ਰੋਲਾ 10 ਪੌਂਡ ਦਾ ਤੁਸੀਂ ਪੈਟਰੋਲ ਲਾਓਗੇ ਤੇ ਮਹਿੰਗਾ ਪੀਸ ਹੋਏਗਾ ਤੇ 15 ਪੌਂਡ ਤੁਹਾਨੂੰ ਘਰ 'ਚ ਮਿਲ ਜਾਏ ਤੁਹਾਨੂੰ ਉੱਥੇ ਕੀ ਜਾਣ ਦੀ ਲੋੜ ਨੇ
ਤੇ ਇਹ ਇਹਨਾਂ ਦੀ ਕੀਮਤ ਜਰਾ ਦੱਸੋ ਨਾ ਭਾਈ 25 ਪਾਉਂਡ ਅਬਾਊਟ 20 ਪਾਉਂਡ ਜੀ ਸਪੈਸ਼ਲ ਆਫਰ ਸਪੈਸ਼ਲ ਆਫਰ ਬੰਦਾ ਹੋਵੇ ਸੋਨੇ ਨਾਂ ਤੋਂ ਅਸਾਂ ਨਾਂ ਜਿਹੜਾ ਦੇਸੀ ਜੱਟ ਯੂਕੇ ਦੇ ਨਾਂ ਤੋਂ ਆਏਗਾ ਤੇ ਉਹਨੂੰ ਸਪੈਸ਼ਲ ਡਿਸਕਾਊਂਟ ਮਿਲੇਗਾ ਜੀ ਭਾਈ ਔਰ ਕਹਿ ਰਹੇ ਨੇ ਔਨ ਰਿਕਾਰਡ ਹੈ ਇਹ ਦੇਖੋ ਜੀ ਮੈਂ ਤੁਹਾਨੂੰ ਪ੍ਰੋਪਰ ਸਿਲਕ ਪ੍ਰੋਪਰ ਸਿਲਕ ਲਓ ਜੀ ਹੱਥ ਚਮਕਦਾਰ ਇਹ ਕੋਲ ਇਹ ਵੇਖੋ ਜੀ ਵਾਹ ਜੀ ਵਾਹ ਲੈਨਿੰਗ ਲੱਗੀ ਹੋਈ ਅੱਛਾ ਡਬਲ ਲੈਨਿੰਗ ਵੀ ਨਾ ਫੁੱਲ ਬਾਜ਼ੂ ਵਾਹ ਜੀ ਵਾਹ ਨਵੀਂ ਵੈਰਾਈਟੀਆਂ ਜਨਾਬ ਨਵੀਂ ਵੈਰਾਈਟੀ ਹੈ ਇਹ ਬਾਜ਼ੂ ਤੱਕੋ ਅੱਛਾ ਡਬਲ ਫਲੇਵਰ ਵਾਹ ਜੀ ਵਾਹ ਮੈਂ ਤਾਂ ਪਹਿਲੀ ਦਫਾ ਵੇਖ ਰਿਹਾ ਤੁਹਾਨੂੰ ਲੈ ਤੋੜਾ ਤੱਕ ਲੱਗੇ ਆ ਡਬਲ ਡਬਲ ਹੈ ਜੀ ਇਹ ਜੋ ਇਸ ਦੇ ਅੰਦਰ ਵੀ ਥੱਲੇ ਵੀ ਡਬਲ ਲੱਗੇ ਆ ਜ਼ਬਰਦਸਤ ਹੋ ਗਿਆ ਜੀ ਜ਼ਬਰਦਸਤ ਡਬਲ ਲੈਨਿੰਗ ਡਬਲ ਇਹ ਦੇਖੋ ਜੀ ਭਾਈ ਹੋਰਾਂ ਦੀ ਦੁਕਾਨ ਦੇਖੋ ਇਹ ਵੀ ਮਾਸ਼ਾਅੱਲਾ ਕੱਪੜੇ ਕਾਫੀ ਨੇ ਭਾਈ ਹੋਰਾਂ ਕੋਲ ਨਾ ਇਹ ਜਿਤਨੀ ਵੀ ਹੈ ਨਿਊ ਵੈਰਾਈਟੀ ਮਰੀਆ ਵੀ ਨਹੀਂ ਆ ਰਹੀ ਹੈ ਜੀ ਭਾਈ ਜੀ ਅੱਛਾ ਮਰੀਆ ਵੀ ਨੇ ਸੂਟ ਅੱਛਾ ਮਰੀਆ ਵੀ ਦਾ ਸੂਟ ਹੈ ਇਹ ਸਭ ਮਾਸ਼ਾਅੱਲਾ ਡਿਜ਼ਾਈਨ ਕੋਲ ਕਾਫੀ ਨੇ ਇਹ ਹਰ ਇੱਕ ਕਲਰ ਚ ਹੁੰਦੇ ਭਾਈ ਜਾਨ ਤੁਹਾਡੇ ਕੋਲ ਤੇ ਮਾਸ਼ਾਅੱਲਾ ਤੁਸੀਂ ਮਾਲ ਸ਼ਾਲ ਤੇ ਆਰਡਰ ਕੀਤਾ ਹੋਣਾ ਈਦ ਵਾਸਤੇ ਜਨਾਬ ਈਦ ਦਾ ਮਾਲ ਆਰਡਰ ਹੋਇਆ ਸਪੈਸ਼ਲ ਆ ਰਿਹਾ ਠੀਕ ਹੈ ਬਿਲਕੁਲ ਤੇ ਮੈਂ ਕਹਿੰਦਾ ਜੀ ਭਾਈ ਹੋਰੀ ਦੁਕਾਨ ਦਾ ਵਿਜ਼ਿਟ ਲਾਜ਼ਮੀ ਕਰੋ ਮੈਨੂੰ ਬੜੀ ਖੁਸ਼ੀ ਹੋਈ ਜੀ ਇਹਨਾਂ ਦੀ ਦੁਕਾਨ ਤੇ ਆ ਕੇ ਬਿਲਕੁਲ ਦੇਸੀ ਮਾਹੌਲ ਇਹ ਇੰਗਲਿਸ਼ ਮਾਲ ਆ ਰਿਹਾ ਜਨਾਬ ਹੋਰ ਅੱਛਾ ਇਹ ਦੇਖ ਕੁਝ 50 ਕਲਰ ਹੋਣ ਡਿਜ਼ਾਈਨ ਇਹਨਾਂ 50 ਡਿਜ਼ਾਈਨ ਹੋਣਗੇ ਤੇ ਐਵੇਂ ਇੱਕ ਚੈੱਕ ਕਰਾਂਦਾ ਜੀ ਇਹ ਡਿਸਪਲੇ ਤੇ ਹੋਇਆ ਇਹ ਵੇਖੋ ਜੀ ਵਾਹ ਜੀ ਵਾਹ ਆ ਜੀ ਨਵਾਂ ਆਇਆ ਡਿਜ਼ਾਈਨ ਵਾਹ ਜੀ ਵਾਹ ਦੇਖੋ ਜੀ ਇਹ ਨਾਲ ਇਹਦੇ ਟਰਾਊਜ਼ਰ ਹੈ ਜੀ ਜੀ ਨਵਾਂ ਟਰਾਊਜ਼ਰ ਆਇਆ ਵਿਖਾਓ ਜੀ ਖੁੱਲਾ ਮਾਲ ਸ਼ਾਲ ਵਿਖਾਈਏ ਅਸੀਂ ਇਹ ਦੇਖੋ ਜੀ ਵਾਹ ਜੀ ਵਾਹ ਇਹਨੇ ਕਲਰ ਉਹ ਤੱਕ ਨੂੰ ਪੇਵੇ ਜਨਾਬ ਕਲਰ ਇਹ ਆ ਤੱਕ ਨੇ ਅੱਛਾ ਇਹ ਨਵਾਂ ਮਾਲ ਆਇਆ ਜੀ ਭਾਈ ਹੋਰਾਂ ਕੋਲ ਕਲਰ ਚੈੱਕ ਕਰੋ ਜੀ ਇਹ ਸਾਰੇ ਕਲਰ ਪਏ ਨੇ ਬਾਹਰ ਕੱਢੋ ਹੈ ਜੀ ਥੋੜੇ ਜਿਹੇ ਇੱਕ ਦੋ ਕਲਰ ਨਾ ਬੜਾ ਸਸਤਾ ਜਨਾਬ ਅੱਛੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਵੈਰਾਈਟੀ ਹੈ ਦੇਖੋ ਇਹ ਦੁਪੱਟਾ ਹੈ ਇਹ ਵੀ ਦੁਪੱਟਾ ਹੈ ਇਹ ਮੋਤੀਆਂ ਵਾਲੇ ਜਨਾਬ ਤੇ ਇਹਦੀ ਕੀ ਕੀਮਤ ਹੈ ਜਨਾਬ ਇਹ ਜਨਾਬ ਜੀ ਸਪੈਸ਼ਲ 2 ਪਾਉਂਡ ਨਾਲ ਲਾ ਦੇਸਾਂ ਵੈਸੇ 3 ਪਾਉਂਡ ਨਾਲ ਦੇਣੇ ਆ ਅੱਛਾ ਤੇ 2 ਪਾਉਂਡ ਦਾ ਹੋ ਜਾਏਗਾ ਆਫਰ ਨਾ ਜਾ ਜੀ ਤੁਸੀਂ ਆਇਓ ਤਾਂ ਤੁਸੀਂ ਵਜਾ ਤੁਸੀਂ ਨਾਮ ਬਿਲਕੁਲ ਜੀ ਦੇਸੀ ਜੱਟ ਦੇ ਨਾਂ ਤੇ ਚੀਜ਼ਾਂ ਲਿਓ ਜੀ ਇਸ ਦੁਕਾਨ ਤੁਹਾਡੀ ਕੀ ਨਾਂ ਦੱਸਿਆ ਸੀ ਸਮੀਰ ਬੁਟੀਕ ਸ਼ਾਪ ਨਾਮ ਹੈ ਜੀ ਸਮੀਰ ਬੁਟੀਕ ਸ਼ਾਪ ਹੈ ਜੀ ਹੈ ਵੀ ਕਿਹੜੇ ਰੋਡ ਤੇ ਮੈਨੂੰ ਯਾਦ ਨਹੀਂ ਰਿਹਾ ਪਾਰਕਿੰਸਨ ਲੈਨ ਤੇ ਬਿਲਕੁਲ ਜੀ ਇੱਥੇ ਲਾਜ਼ਮੀ ਆਓ ਭਾਈ ਹੋਰਾਂ ਕੋਲ ਨਵੀਆਂ ਵੈਰਾਈਟੀਆਂ ਵਾਹ ਜੀ ਵਾਹ ਮੈਨੂੰ ਇੱਕ ਕੈਮਰਾ ਚੈੱਕ ਕਰਨ ਦੇ ਜੀ ਐਪ ਪੂਰਾ ਸਿਸਟਮ ਖਾਵਾਂਗਾ ਆਵਾਮ ਨੂੰ ਵਾਹ ਜੀ ਵਾਹ ਸੂਟ ਮਿਆਰੀ ਨੇ ਕਾਫੀ ਭਾਈ ਹੋਰਾਂ ਕੋਲ ਵੈਸੇ ਵਾਹ ਜੀ ਵਾਹ ਠੀਕ ਹੈ ਇਸੇ ਵੀ ਚੀਜ਼ ਕੋਈ ਨਵਾਂ ਡਿਜ਼ਾਈਨ ਲੱਭ ਜਾ ਸੀ ਅੱਛਾ ਬਹੁਤ ਜ਼ਬਰਦਸਤ ਜੀ ਜ਼ਬਰਦਸਤ ਬਹੁਤ ਜ਼ਬਰਦਸਤ ਸੂਟ ਨੇ ਭਾਅ ਜੀ ਭਾਈ ਹੋਰਾਂ ਕੋਲ ਰੇਲਿੰਗ ਲੱਗੀ ਹੈ ਤੇ ਪੈਕ ਵੀ ਪਏ ਨੇ ਪਿੱਛੇ ਜਿਹੜਾ ਕਹੋਗੇ ਤੁਹਾਨੂੰ ਮਿਲ ਜਾਏਗਾ ਹੁਣ ਵੀ ਬੰਦਾ ਇੱਥੇ ਨਾ ਆਵੇ ਤੇ ਫਿਰ ਉਹਦੀ ਕਹਿੰਦੇ ਬਦਕਿਸਮਤੀ ਹੈ ਹਰ ਮਾਲ ਹੈ ਭਾਈ ਹੋਰਾਂ ਕੋਲ ਆਹੋ ਵੇਖੋ ਜੀ ਭਾਈ ਹੋਰਾਂ ਕੋਲ ਦੁਕਾਨ ਛੋਟੀ ਜੀ ਮਾਲ ਬਥੇਰਾ ਜੀ ਇਹ ਵੇਖੋ ਵਾਹ ਜੀ ਵਾਹ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਲਰ ਨੇ ਜਨਾਬ ਹੈ ਤਾਂ ਕੋ ਕਲਰ ਉਸ ਆਇਆ ਜੇ ਸੌਦਾ ਛੋਟੀ ਦੁਕਾਨ ਤੂੰ ਮਿਲ ਜਾਏ ਵਾਹ ਜੀ ਵਾਹ ਕਿਆ ਬਾਤ ਹੈ ਵੱਡੀ ਜਾਂ ਦੁਕਾਨ ਦੇ ਜਾਣ ਦੀ ਕੀ ਲੋੜ ਹੈ ਪੂਰਾ ਪੂਰਾ ਦੱਸੋ ਜੀ ਫੁੱਲ ਡਿਜ਼ਾਈਨ ਦੱਸੋ ਇਹ ਦੇਖੋ ਜੀ ਇੱਕ ਮਿੰਟ ਉੱਤੇ ਚਾ ਕੇ ਰੱਖੋ ਭਾਈ ਜਾਨ ਇਹ ਵੇਖੋ ਜੀ ਇਹ ਮਾਸ਼ਾਅੱਲਾ ਜੀ ਕਿਆ ਜ਼ਬਰਦਸਤ ਡਿਜ਼ਾਈਨ ਹੈ ਕਿਸੇ ਕੋਲ ਵੀ ਨਹੀਂ ਇਹ ਆਲਾ ਇਹ ਵੀ ਕਿਸੇ ਕੋਲ ਵੀ ਨਹੀਂ ਨਾ ਇਹ ਡਿਜ਼ਾਈਨ ਜਿਤਨੇ ਵੀ ਹਨ ਨਾ ਅੱਛਾ ਓਲਡ ਡਿਜ਼ਾਈਨ ਨਿਊ ਡਿਜ਼ਾਈਨ ਜੀ ਇਹ ਦੇਖੋ ਜੀ ਭਾਈ ਵਾਹ ਜੀ ਵਾਹ ਇਹ ਕੀਮਤ ਵੀ ਦੱਸੋ ਨਾ ਭਾਈ ਜੀ 33 ਪਾਉਂਡ ਹੈ ਬਸ 20 ਪਾਉਂਡ ਨਾ ਸਪੈਸ਼ਲ ਆਫਰ ਲਾ ਦੇ ਸੋ ਬਹੁਤ ਜ਼ਬਰਦਸਤ ਜੀ ਇਹ ਹੋਰ ਕੀ ਚਾਹੀਦਾ ਅੱਛਾ ਹਾਂ ਜੀ ਵਾਹ ਜੀ ਜ਼ਬਰਦਸਤ ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਇਹਨਾਂ ਕੋਲ ਵੈਰਾਈਟੀ ਬਹੁਤ ਹੀ ਜ਼ਬਰਦਸਤ ਹੈ ਭਾਈ ਹੋਰਾਂ ਕੋਲ ਤੇ ਹੋਰ ਕੀ ਚਾਹੀਦਾ ਜੀ ਵੇਖੋ ਦੁਕਾਨ ਵੇਖੋ ਛੋਟੀ ਜੀ ਤੋਂ ਭਾਈ ਹੋਰਾਂ ਕੋਲ ਤੇ ਮਾਲ ਚੈੱਕ ਕਰੋ ਇਹਨਾਂ ਕੋਲ ਕਾਫੀ ਜ਼ਿਆਦਾ
वाह जी वाह, माशाल्लाह जी, बहुत जबरदस्त वैरायटी है जी। देसी जट का ना लैके ओ ते भाई डिस्काउंट लाजमी देंगे, ना देन ते देसी जट नू फड़ लिया जे सड़क ते। वाह जी वाह, माशाल्लाह जी, ए वेखो जी भाई होने को माल खुला जे। एक मिनट जी, एक कैमरा जरा, जबरदस्त जी, जबरदस्त, बड़ी खुशी हुई जी, माशाल्लाह माशाल्लाह, बड़ी पूरा सिस्टम चेक करो जी, इस तू ज्यादा की और फायदा हो सकता है, बंदा डिस्काउंट भी देवे फिर भी ना आवो। ए कितने कलर होंगे इधर? कलर 50 है ना ऑफिस में। 50 कलर? वाह जी वाह, डिजाइन बेबो है देखो। ए वेखो जी, एक एक मिनट इतने रखना जी, मैं जरा क्लोज अप करके दिखावा आवा नु ना। कुर्ता टाइप है, जबरदस्त जी, कलर है ऊपर लगे सारे। हां आगे मैं दिखाए ने, मैं देखो, ए देखो ऊपर कलर लगे सारे, माशाल्लाह जी माशाल्लाह। तो माल ये दिन ऑर्डर होया है? माल ये दिन ऑर्डर होया ते लाजमी चक्कर लो, क्यों जी ते चक्कर लो, बहुत वैरायटी है ते भाई जी। ये देखो ए सिल्क है, प्रॉपर सिल्क। अच्छा, 33 पौना सारा बेचन लगे ना, 20 पौना स्पेशल ऑफर लाई है। अच्छा, ये भी जुबा टाइप सिल्क आई है, ब्लैक कलर ना, अगर मच्छे से लाग जाने हो ना, स्पेशल ऑफर है। बिल्कुल सब ये देखो, वाह जी वाह, नवी तो नवी चीज आई है, नवी देखो जी। ज़ुबैदा बुक है? अच्छा, ये ज़ुबैदा बुक है, अगर मैं कैमरा मार के, एक केड़ी बुक है? मुनीरा बुक, मुनीरा बुक। तो भाई और माशाल्लाह समान काफी है जी, दुकान छोटी छोटी ना। मैं भाई और तुहानू कदे ब्रेडफोर्ड भी वेख्या सी? ਜਾ ਕੱਲ ਮਿਲੀ ਨਾ ਬਸ ਲਾਣੇ ਆ, 13 ਸਾਲ ਹੋ ਗਏ ਨੂੰ, 13 ਸਾਲ ਉੱਥੇ ਵੀ ਅਗਰ ਬੰਦੇ ਕਿਸੇ ਲੈਣਾ ਹੋਵੇ ਸੌਦਾ ਸ਼ੋਦਾ ਤੇ ਕੈਨਨ ਮਿਲ ਵੀ ਰابطਾ ਕਰੋ। ਉਹ ਲਾ ਜਿਸ ਉਮਰ ਸੀ, ਕਈ ਵਾਰੀ ਬੰਦਾ ਬ੍ਰੈਡਫੋਰਡ ਗਿਆ ਹੁੰਦਾ ਨੇ ਤੇ ਪਤਾ ਹੁੰਦਾ ਭਾਈ ਔਰ ਜਾਂਦੇ ਨੇ। WhatsApp ਨੰਬਰ ਵੀ ਹੈ, Facebook ਵੀ ਹੈ, ਕੋਈ ਮਸਲਾ ਨਹੀਂ। ਅੱਛਾ, ਜਾ WhatsApp ਵੀ ਨੰਬਰ ਹੈ ਤੇ Facebook ਤਾਂ ਅਗਰ ਤੁਹਾਡਾ ਨੰਬਰ ਦੇ ਦਈਏ ਤੇ ਕੋਈ ਮਸਲੇ ਨਹੀਂ ਨਾ, ਕੰਟੈਕਟ ਕਰ ਲੈਣਗੇ ਤੁਹਾਨੂੰ। ਉਹ ਹੀ ਨਾ, ਮੈਂ ਤਾਂ ਕੋਈ ਵੈਰਾਈਟੀ ਤਾਂ ਕੋ ਨਾ, ਵੈਰਾਈਟੀ ਅਲੀ ਵੇਖ ਕਿਸੇ ਕੋਲ ਵੈਰਾਈਟੀ ਕੋ ਨਹੀਂ ਹੈ ਅਲੀ। ਨਵੀਆਂ ਤੋਂ ਨਵੀਆਂ ਚੀਜ਼ਾਂ ਆਈਆਂ, ਬਿਲਕੁਲ, ਬੱਚਿਆਂ ਨੂੰ ਮਾਲ ਨਵਾਂ ਆ ਰਿਹਾ। ਅੱਛਾ, अगर कोई बंदा लेट आवे फोन करे, भाजी सूट चाहिए। हां जी, यह फायदा होता है जी लोकल दुकान का, भावे 10 तो बाद तुसी आओ, तुहानू एमरजेंसी सूट चाहिए ने, भाई ताबेदार ने, दुकान खोलणगे। ऐ तो होंदा अपने लोकां दा फायदा, क्यों जी, बिल्कुल ओपन करके दे सकदा। जबरदस्त जी, भाई दी दुकान बहुत ही जबरदस्त है, नवी तो नवी चीजा आ रही। बिल्कुल भाई जी, रहण दियो, ड्रिंक श्रिंक नहीं पींदा, चाह लस्सी नहीं पींदा, भाई होरा कहंदे जा दो बोतल फड़ के ले आओ तू दुकान तो। बोतल मिलदी ने पर ज्यादा कैन मिलते ने, छोटे नु कहा जा फटाफट दो कैन फट के लिया। भाजी थोड़ी इज्जत दिल च होनी चाहिए है, ड्रिंक श्रिंक तो चलते रहते ने, बंदा प्यार हस के बुला ले साडे वास्ते, यही बथेरा जनाब, क्यों जी, प्यार दी बड़ी कमी है अजकल, लोग नफरत ज्यादा करते हैं, एक दूजे चू सड़ते ज्यादा ने, क्यों जी, और तुस... जी अच्छा मिलो अच्छे, बिल्कुल मेरा तो पैगाम वही होता है सारे वास्ते, ताई ते मैं अपना कल्चर यूके दे अंदर दिखाना चाहना बाहर आलिया नु, किन्ने प्यार मोहब्बत नाल सानू बुलांदे ने, किस तरह भांदे ने, बहुत रिस्पेक्ट देंदे ने, यकीन करो जिथे मैं गया ना ते बहुत ही प्यार दिता है, ते माशाल्लाह तुसी जबरदस्त काम कर रहे हो, छोटा जी दुकान है, माशाल्लाह माल तुहाडे कोल काफी है। नहीं माल और आ रहा है, इदिन इदिन माल ही ना, बिल्कुल देसी माल दी दुकान है जी, कोई शीशे शुशे नहीं, कोई कुछ नहीं है, सामने माल इना टंगे है ते हर चीज लगी है सामने, क्यों जी, जिस तरह पाकिस्तान छोटी जी दुकान होंदी है ते ए समझो साडा हैलीफैक्स छोटा जा ग्रां है किस्म दा, क्यों जी, ते एदे अंदर तुहानू हर चीज मिल जांदी है ज्यादा, ते इत्थे मैं जा रहा सी, मैं चलो भाई होरां कोल दुकान ते जांदे आ, नाल गपशप लांदे आ, नाल तुहाडे नाल भी शेयर करदे आ, भाई होरां दी दुकान कपड़े दी है की है जी, ते मैं इन्हां नू मार्केट च काफी दफा देखिया, कैनन मिल च भी तुसी वेख्या होणा, ते माशाल्लाह जांदे ने सुबह वैन भर के ते उत्थे माल लैण, ते बड़ा टाइम लगदा क्योंकि साजरे साजरे जाणा पैंदा। जा जा जा, ते ए वेखो जी, ए भाई होरां दा खलूस मुहब्बत प्यार, मैं हालांकि रोटी ठोक के आया सी, टुकर शुकर खा के आया सी मैं घर तों,
ਤੇ ਭਾਈ ਹੋਰਾਂ ਹੁਣ ਮੰਗਾ ਲਿਆ ਤਾਂ ਮੈਂ ਇਹਨਾਂ ਦਾ ਖਲੂਸ ਤਾਂ ਠੁਕਰਾਉਂਦਾ ਨਹੀਂ। ਖਲੂਸ ਠੁਕਰਾਓ ਤਾਂ ਬੜੀ ਭੈੜੀ ਗੱਲ ਹੁੰਦੀ, ਅਗਰ ਕੋਈ ਪਿਆਰ ਨਾਲ ਦੇਵੇ ਤਾਂ ਚੀਜ਼ ਲੈ ਹੀ ਲਓ। ਬੜਾ ਮਨਾ ਕੀਤਾ ਤੇ ਅੱਜ ਮੈਂ ਕੀ ਘਰ ਖਾ ਕੇ ਆਇਆ ਸੀ, ਕੜੀ ਪਕੌੜੇ ਖਾ ਕੇ ਆਇਆ ਸੀ ਘਰ ਅੱਜ ਮੈਂ, ਤੇ ਬੜੇ ਸਵਾਦ ਵਾਲੇ ਬਣੇ ਸੀ, ਉਹ ਮੈਂ ਸ਼ੇਅਰ ਨਹੀਂ ਕੀਤੇ, ਤੇ ਇੰਝ ਹੀ ਖਾ ਗਿਆ ਤੁਹਾਡੇ ਪੁੱਛੇ ਬਗੈਰ। ਹੁਣ ਪੀਂਦੇ ਹਾਂ ਜੀ, ਦੁਕਾਨ ਤੇ ਆਏ ਹਾਂ ਤਾਂ ਹੁਣ ਡਰਿੰਕ ਸ਼ਰਿੰਕ ਮੰਗਾ ਲਿਆ, ਹੈ ਵੀ ਬੜਾ ਠੱਡਾ ਠੱਡਾ, ਇਹ ਤਾਂ ਬਣਦਾ ਹੀ ਹੈ, ਹੁਣ ਪੀ ਲੈਂਦੇ ਹਾਂ। ਮਿਹਰਬਾਨੀ ਜਨਾਬ, ਤੁਸੀਂ ਸਾਡਾ ਵਾਸਤੇ ਕੀਤਾ ਤੇ ਵੀ ਤੁਸੀਂ ਜ਼ਿਆਦਾ ਹੀ ਕਰ ਲਿਆ, ਕੋਈ ਮਸਲਾ ਨਹੀਂ। ਤੁਸੀਂ ਘਰ ਦੇ ਬੰਦੇ ਕਿਹੜਾ, ਅਸੀਂ ਬਾਹਰੇ ਦੋਨੋਂ ਆਏ ਸੀ। ਕਿਉਂ ਜੀ, ਲਓ ਜੀ ਮੈਂ ਤਸੱਲੀ ਨਾਲ ਡਰਿੰਕ ਸ਼ਰਿੰਕ ਪੀ ਲਿਆ, ਤੇ ਇਨਸ਼ਾਅੱਲਾ ਭਾਈ ਹੋਰੀ ਦੁਕਾਨ ਦਾ ਵਿਜ਼ਿਟ ਲਾਜ਼ਮੀ ਕਰੋ। ਲੋਕਲ ਜਿਹੜੇ ਵੀ ਹੋ ਤੇ ਮੁਨਾਸਬ ਕੀਮਤ ਤੇ ਦੇਸੀ ਜੱਟ ਦਾ ਨਾਂ ਲੈਣਾ ਤੇ ਭਾਈ ਹੋਰ ਡਿਸਕਾਊਂਟ ਦੇਣਗੇ। ਨਾ ਦੇਣ ਤੇ ਦੇਸੀ ਜੱਟ ਨੂੰ ਸੜਕ ਤੇ ਫੜ ਲੈਣਾ, ਇੱਥੇ ਫਿਰਦਾ ਹੋਣਾ, ਅੱਗੇ ਪਿੱਛੇ ਗਲੀਆਂ 'ਚ ਰੁਲਦਾ ਹੋਣਾ ਦੇਸੀ ਜੱਟ। ਤੇ ਮਾਸ਼ਾਅੱਲਾ ਬੜੇ ਪਿਆਰੇ ਭਾਈ ਉਹਨੇ ਬਹੁਤ ਰਿਸਪੈਕਟ ਦਿੱਤੀ ਹੈ। ਬਿਲਕੁਲ ਜੀ, ਮਾਸ਼ਾਅੱਲਾ ਜੀ, ਦੁਕਾਨ ਛੋਟੀ ਜੀ, ਮਾਲ ਇਹਨਾਂ ਕੋਲ ਕਾਫੀ ਹੈ। ਮਾਸ਼ਾਅੱਲਾ ਤੁਸੀਂ ਜਦ ਵੀ ਆਓ ਚੱਕਰ ਲਾਜ਼ਮੀ ਲਾਇਆ ਜੇ, ਵਰਾਇਟੀ ਤੁਹਾਨੂੰ ਫੁੱਲ ਮਿਲੇਗੀ। ਤੇ ਕਿਉਂਕਿ ਪਿੰਡ ਦੇ ਅੰਦਰ ਦੁਕਾਨ ਹੈ ਤੇ ਮਾਸ਼ਾਅੱਲਾ ਵਰਾਇਟੀ ਕਾਫੀ ਹੁੰਦੀ, ਤੇ ਮਾਰਕੀਟਾਂ ਵੀ ਲਾਉਂਦੇ ਨੇ ਅੱਗੇ ਪਿੱਛੇ ਜਾ ਕੇ, ਤੇ ਜ਼ਾਹਰੀ ਗੱਲ ਹੈ ਹਰ ਇੱਕ ਨੇ ਆਪਣਾ ਰੋਟੀ ਰੋਜ਼ੀ ਕਮਾਉਣੀ ਹੁੰਦੀ। ਬਿਲਕੁਲ, ਮਾਲ ਨਵਾਂ ਆਉਂਦਾ ਜੀ। ਵੇਖੋ, ਯੂਕੇ ਦੇ ਅੰਦਰ ਅਸੀਂ ਰਹਿੰਦੇ ਹਾਂ ਤੇ ਅਸੀਂ ਮਿਹਨਤ ਮਜ਼ਦੂਰੀ ਕਰਕੇ ਰੋਟੀ ਕਮਾਉਂਦੇ ਹਾਂ, ਤੇ ਜਾਂਦੇ ਹਾਂ ਕਦੇ ਕਿਧਰੇ ਜਿੱਥੇ ਵੀ ਮਾਰਕੀਟਾਂ ਲੱਗਦੀਆਂ ਨੇ, ਭਾਈ ਹੋਰ ਜਾਂਦੇ ਨੇ ਉੱਥੇ ਵੀ, ਸਾਡਾ ਵੀ ਇਹੀ ਹੈ, ਆਪਣੀ ਰੋਟੀ ਕਮਾਉਣ ਇੱਥੇ ਬੈਠੇ ਹਾਂ। ਤੇ ਮੈਂ ਇੱਕ ਰੈਕਮੈਂਡ ਕਰਾਂਗਾ ਜੀ ਭਾਈ ਕੋ, ਇੱਕ ਦਫ਼ਾ ਚੱਕਰ ਜ਼ਰੂਰ ਲਾਉਣਾ ਜੇ, ਵਰਾਇਟੀ ਚੈੱਕ ਕਰਨਾ ਜੇ, ਅਗਰ ਪਸੰਦ ਆਵੇ ਤਾਂ ਲਾਜ਼ਮੀ ਲੈਣਾ ਜੇ। ਕਿਉਂ ਜੀ, ਤੁਸੀਂ ਮੇਰੀ ਗਰੰਟੀ, ਇੱਕ ਦਫ਼ਾ ਦੁਕਾਨ 'ਚ ਆਓਗੇ ਤਾਂ ਤੁਸੀਂ ਲਓਗੇ ਲਾਜ਼ਮੀ। ਭਾਈ ਉਹਨਾਂ ਕੋਲ ਮਾਲ ਹੀ ਨਾ ਜ਼ਬਰਦਸਤ ਹੈ। ਅਤੇ ਇਨਸ਼ਾਅੱਲਾ ਜੀ ਮੈਨੂੰ ਦਿਓ ਇਜਾਜ਼ਤ, ਜ਼ਿੰਦਗੀ ਰਹੇ ਤਾਂ ਮਿਲਾਂਗੇ ਫਿਰ ਕਿਸੇ ਹੋਰ ਦਿਨ, ਕਿਸੇ ਹੋਰ ਜਗ੍ਹਾ 'ਤੇ, ਕਿਸੇ ਹੋਰ ਵੀਡੀਓ ਦੇ ਅੰਦਰ, ਕਿਸੇ ਹੋਰ ਨਾਲ ਲਵਾਓਗੇ ਤੁਹਾਡੀ ਗੱਪਸ਼ਪ। ਅੱਲਾ ਹਾਫਿਜ਼। ਠੀਕ ਹੈ ਭਾਈ ਜੀ।